ਅੱਜ ਆਪਾਂ ਇਕੱਠੇ ਹੋਏ ਹਾਂ, ਤੁਹਾਨੂੰ ਥੋੜ੍ਹਾ ਬਰੀਫ ਕਰਨਾ ਸੀ ਕਿ ਜਿਹੜਾ 17 ਜੂਨ ਨੂੰ ਇੱਕ ਮੋਹਕਮਪੁਰਾ ਥਾਣੇ 'ਚ ਇੰਸੀਡੈਂਟ ਹੋਇਆ ਸੀ, ਜਿਹਦੇ 'ਚ ਇੱਕ ਸਿੱਕਾ ਗੈਸ ਏਜੰਸੀ ਹੈ ਉਹਦਾ ਕੈਸ਼ੀਅਰ, ਉਹ ਜਦੋਂ ਆਪਣਾ ਟਾਈਮ 'ਤੇ ਨਿਕਲਿਆ ਅਤੇ ਬੈਂਕ 'ਚ ਜਮ੍ਹਾਂ ਕਰਾਉਣਾ ਚਾਹੁੰਦਾ ਸੀ, ਕਰੀਬ 8 ਲੱਖ ਤੋਂ ਉੱਪਰ ਅਮਾਊਂਟ ਸੀ ਉਹਦੇ ਕੋਲ, ਅਤੇ ਉਹਦੇ 'ਚ 2 ਬੰਦਿਆਂ ਨੇ ਮੋਟਰਸਾਈਕਲ 'ਤੇ ਉਹਨੂੰ ਕਨਫਰੰਟ ਕੀਤਾ, ਉਹਨੂੰ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਤੂੰ ਸਾਡੀ ਭੈਣ ਨੂੰ ਛੇੜਿਆ ਹੈਗਾ, ਅਤੇ ਉਹ ਕੇਸ ਬੜਾ ਦਿਨ ਦੇ ਟਾਈਮ 'ਤੇ ਸੈਂਸੇਸ਼ਨਲ ਜਿਹਾ ਕੇਸ ਸੀ, ਅਤੇ CIA ਅਤੇ ਇਹਨਾਂ ਦੀ ਟੀਮ DCP ਇਨਵੈਸਟੀਗੇਸ਼ਨ, ACP ਕ੍ਰਾਈਮ ਅਤੇ ਨਾਲ ACP ਮਿਸਟਰ ਸੁਖਨਾਜ਼, ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਗਰੁੱਪ ਨੂੰ ਅਰੈਸਟ ਕੀਤਾ। ਇਹਦੇ 'ਚ ਹੁਣ ਤੱਕ 4 ਬੰਦੇ ਅਰੈਸਟ ਹੋਏ ਹੈ, ਅਤੇ ਉਸ ਦਿਨ ਵੀ 4 ਗਏ ਸੀ। ਇਨੀਸ਼ੀਅਲ ਸਾਨੂੰ ਜਿਹੜੇ ਇਨਪੁੱਟਸ ਆਏ ਸੀ ਉਹਦੇ 2 ਬੰਦੇ ਹੀ ਨਜ਼ਰ ਆਏ ਸੀਗੇ, ਬਟ ਦੈਨ ਇਹਨੂੰ ਡਿਵੈਲਪ ਕੀਤਾ। ਤੋ ਇਹ 4 ਜਿਹੜੇ ਅਰੈਸਟ ਕੀਤੇ ਗਏ, ਨਰੇਸ਼ਦੀਪ ਪੁਰੀ, ਇੰਦਰਜੀਤ, ਹਰਪਾਲ ਅਤੇ ਗੁਰਪ੍ਰੀਤ, ਇਹ 3 ਬੰਦੇ ਇੱਕੋ ਏਰੀਆ ਦੇ ਇੰਦਰਾ ਕਲੋਨੀ 'ਚ ਬਹਾਲ ਰੋਡ ਦੇ ਰਹਿਣ ਵਾਲੇ ਹੈਗੇ, ਅਤੇ ਇੱਕ ਨਰੇਸ਼ਦੀਪ ਜਿਹੜਾ ਹੈਗਾ ਇਹ ਆਪਣੇ ਐਡਰੈਸ ਚੇਂਜ ਕਰਦਾ ਰਹਿੰਦਾ, ਅਤੇ ਹੁਣ ਇਹ ਗੇਟ ਹਕੀਮਾ 'ਚ ਰਹਿ ਰਿਹਾ ਸੀ। ਸੋ ਇਹਦੇ 'ਚ ਹੁਣ ਤੱਕ ਇੱਕ ਦੇਸੀ ਪਿਸਤੌਲ 315 ਬੋਰ ਦਾ, ਇਹਨਾਂ ਨੇ ਜਿਹੜਾ ਮੋਟਰਸਾਈਕਲ ਯੂਜ਼ ਕੀਤੇ ਸੀ ਉਹ, ਅਤੇ ਹੁਣ ਤੱਕ ਦੇ ਵਿੱਚੋਂ 4 ਲੱਖ ਰੁਪਏ ਅਤੇ 4 ਲੱਖ ਦੇ ਕਰੀਬ ਦੀ ਕਰੰਸੀ ਆਲਰੇਡੀ ਰਿਕਵਰ ਹੋ ਗਈ ਹੈ, ਅਤੇ ਬਾਕੀ ਇਹਦੇ 'ਚ ਫੋਲੋਅਪ ਚੱਲ ਰਿਹਾ ਹੈਗਾ। ਇਹਨਾਂ ਵਿੱਚੋਂ ਜਿਹੜਾ ਇਹ ਹਰਪਾਲ ਉਰਫ ਕਾਕਾ ਹੈਗਾ, ਇਹਦੇ 'ਤੇ 3 ਕੇਸ ਹੈ, ਪਹਿਲਾਂ ਵੀ ਇਹਦੇ ਕੇਸਿਸ ਆਏ ਹੋਏ ਹੈ, ਉਹਦੇ 'ਚ ਅਰੈਸਟ ਹੋਇਆ ਹੈਗਾ। ਬਾਕੀ ਇਹਨਾਂ 'ਚੋਂ 2 ਬੰਦੇ ਜਿਹੜੇ ਹੈ ਆਟੋ ਰਿਕਸ਼ਾ ਚਲਾਉਂਦੇ ਹੈਗੇ। ਸਾਡੀ ਇੱਕ ਹੋਰ ਇਹਨਾਂ 'ਚੋਂ ਹਜੇ ਅਰੈਸਟ ਕਰਨ ਵਾਲਾ ਹੈ, 5ਵਾਂ ਆਈਡੈਂਟੀਫਾਈ ਹੋਇਆ ਹੈ, ਜਿਹਨੂੰ ਕਿ ਪਤਾ ਸੀ ਕਿ ਇਹ ਜਿਹੜਾ ਸਿੱਕਾ ਗੈ ਇਹ ਜਿਹੜਾ ਗੈਸ ਏਜੰਸੀ ਹੈ ਇਹਨਾਂ ਦਾ ਕੀ ਟਾਈਮਿੰਗ ਹੁੰਦਾ, ਕਿਸ ਤਰ੍ਹਾਂ ਕੈਸ਼ ਮੂਵ ਹੁੰਦਾ ਹੈਗਾ। ਸੋ ਉਹ ਇੱਕ ਗਗਨ ਨਾਂ ਦਾ ਵਿਅਕਤੀ ਹੈਗਾ, ਉਹਨੂੰ ਵੀ ਅਸੀਂ ਆਈਡੈਂਟੀਫਾਈ ਕੀਤਾ, ਅਤੇ ਸਾਡੇ ਰੇਡ ਚੱਲ ਰਹੇ। ਸੋ ਦੇ ਇਹ ਇੱਕ ਬੜਾ ਹੀ ਇੰਪੋਰਟੈਂਟ ਸੈਂਸੇਸ਼ਨਲ ਕੇਸ, ਅਤੇ ਬੜੇ ਹੀ ਥੋੜ੍ਹੇ ਟਾਈਮ ਦੇ ਵਿੱਚ 17 ਤਰੀਕ ਨੂੰ ਵਾਰਦਾਤ ਹੋਈ ਸੀਗੀ, ਅਤੇ CIA ਅਤੇ ਇਹਨਾਂ ਦੀ ਸਾਰੀ ਟੀਮ, ਅਤੇ ਖਾਸ ਕਰ ਇਹਦੇ 'ਚ ਜਿਹੜੇ CIA ਇੰਸਪੈਕਟਰ ਦੇ ਨਾਲ ਜਿਹੜੇ ASI ਹੈਗੇ ਹੈ, ਇਹਨਾਂ ਨੇ ਬਹੁਤ ਅੱਛਾ ਕੰਮ ਇਹਦੇ 'ਚ ਕੀਤਾ ਹੈਗਾ। ਸੋ ਆਈ ਮਸਟ ਆਲਸੋ ਮੈਂਸ਼ਨ ਹੇਅਰ ਸਪੈਸੀਫਿਕਲੀ ਐਂਡ ਐਪਰੀਸ਼ੀਏਟ ਕਿ ASI ਵਿਨੋਦ ਕੁਮਾਰ ਅਤੇ ਨਾਲ ASI ਰੋਹਿਤ ਜਿਹੜੇ ਹੈ, ਇਹਨਾਂ ਨੇ ਬਹੁਤ ਅੱਛਾ ਕੰਮ। ਥੈਂਕ ਯੂ। ਸੋਰੀ, ਉਹਦਾ ਗਗਨ ਨਹੀਂ, ਕੁਲਦੀਪ ਨਾਂ ਦਾ ਵਿਅਕਤੀ ਹੈਗਾ। ਨਹੀਂ, ਏਜੰਸੀ ਦਾ ਆਦਮੀ ਨਹੀਂ ਹੈ ਐਸ ਸੱਚ, ਬਟ ਹੀ ਇਜ਼ ਅਵੇਅਰ ਉਹਨਾਂ ਨੂੰ ਕਿਤੇ ਵੀ ਕਿਸ ਤਰ੍ਹਾਂ ਇਹਨਾਂ ਦੇ ਟਾਈਮਿੰਗਸ ਹੈ, ਕੀ ਹੈ, ਮਤਲਬ ਉਹ ਇੱਕ ਬੰਦਾ ਜਿਹਨੇ ਇਹਦੇ 'ਚ ਇਨਫੋਰਮੇਸ਼ਨ ਸ਼ਾਇਦ ਸ਼ੇਅਰ ਕੀਤੀ ਹੈ। ਉਹਨੂੰ ਅਸੀਂ ਰੇਡ ਵਗੈਰਾ ਚੱਲ ਰਹੀ ਹੈ, ਅਰੈਸਟ ਕਰ ਲਈਏ, ਸਾਰੀ ਪੁੱਛਗਿੱਛ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ। ਥੋੜ੍ਹਾ ਪਹਿਲਾਂ ਕੰਮ ਕਿਤੇ ਨਾ ਕਿਤੇ ਇਨਫੋਰਮੇਸ਼ਨ ਉਹਨੂੰ ਹੈ, ਪਹਿਲਾਂ ਕਿਤੇ ਕੰਮ ਕਰਦਾ ਰਿਹਾ, ਦੈਟ ਇਜ਼ ਵਾਈ ਹੀ ਹੈਜ਼ ਸਮ ਨੌਲੇਜ। ਨਹੀਂ ਨਹੀਂ, ਚਾਰੋ ਹੈਗੇ, 4 ਬੰਦੇ, 2 ਮੋਟਰਸਾਈਕਲ ਦੇ ਪਿੱਛੇ ਸੀਗੇ। ਤੁਸੀਂ ਜਿਹੜੀ ਵੀਡੀਓਜ਼ ਦੇਖੀ ਉਹਦੇ 'ਚ ਤੁਹਾਨੂੰ 2 ਆਏ ਹੋਣੇ, ਬਟ ਸਾਡੇ ਕੋਲ ਜਿਹੜੀ ਅਸੀਂ ਇਨਵੈਸਟੀਗੇਸ਼ਨ ਕੀਤੀ ਉਹਦੇ 4 ਆਪਣੇ ਮੋਟਰਸਾਈਕਲ। ਬਾਕੀ ਥੋੜ੍ਹਾ ਸ਼ਾਰਟਸ ਕਰਾ ਦਿਓ ਇਹਨਾਂ ਨੂੰ, ਅੱਛੇ ਕੁਛ ਕਰਾ ਦਿਓ।
ਨੂੰ।